ਤਰੀਸ਼ ਚਲ ਆ ਜਾ ਹੁਣ ਕੁਛ ਨਹੀਂ ਹੋਇਆ ਲਿਬੜ ਗਿਆ ਵਿਚਾਰਾ ਆ ਗਲੀ ਪੱਕੀ ਹੋ ਰਹੀ ਹੈ ਅਤੇ ਗਲੀ ਦੇ ਵਿੱਚ ਚੱਕੜੇ ਚੱਕੜ ਹੋਇਆ ਪਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਵੀਡੀਓ ਅਪਲੋਡ ਕਰੀ ਕੱਲ੍ਹ ਵਾਲੀ ਅੱਜ ਕਰੀ ਦੀ ਅਪਲੋਡ ਉਹਨੂੰ ਟਾਈਮ ਲੱਗਿਆ ਥੋੜ੍ਹਾ ਜਿਹਾ ਨੈੱਟ ਦੀ ਵੀ ਪ੍ਰੋਬਲਮ ਅਤੇ ਨਹੀਂ ਤਾਂ ਸਵੇਰੇ ਸਾਜਰੇ 7-8 ਵਜੇ ਚੜ੍ਹਦਾ ਲੇਟ ਹੋਈ 11 ਵੱਜ ਗਏ 3 ਦਿਨ ਹੋ ਗਏ ਜਿੰਮ ਵੀ ਨਹੀਂ ਜਾ ਹੋਇਆ ਜਿੰਮ ਕਿਉਂ ਨਹੀਂ ਜਾਇਆ ਹੁਣ ਖੇਤਾਂ ਦੇ ਕੰਮ ਬਹੁਤ ਜ਼ਿਆਦਾ ਸੀ ਕੱਦੂ ਹੋ ਗਿਆ ਕੱਲ੍ਹ ਉੱਧਰ ਫਿਰ ਚੱਲਿਆ ਹੁਣ ਇੱਕ ਬੰਦਾ ਲਾ ਕੇ ਆਇਆ ਸੀ ਉੱਥੇ ਮਾੜਾ ਵੱਟਾਂ ਪੱਕੀਆਂ ਕਰਨ ਵਾਸਤੇ ਉਹ ਦੂਜੇ ਬੰਦਾ ਫੋਨ ਕਰਦਾ ਫਿਰ ਭੱਜ ਗਿਆ ਉਹ ਦਿਹਾੜੀ ਮਿਲ ਨਹੀਂ ਰਹੇ ਜਿਹੜੇ ਆਪਣੇ ਬਿਹਾਰੀ ਭਈਏ ਆ ਉਹ ਵੀ ਨਹੀਂ ਮਿਲ ਰਹੇ ਅੱਜ ਸਾਰਾ ਸਵੇਰ ਦਾ ਕਦੇ ਉਹ ਮੋਟਰ ਪਹੁੰਚਾ ਕਦੇ ਉਹ ਮੋਟਰ ਪਹੁੰਚਾ ਕੋਈ ਦਿਹਾੜੇ ਨਹੀਂ ਮਿਲੇ ਹੈਗਾ ਚੱਲ ਹੁਣ ਮੈਨੂੰ ਆਪੇ ਜਾਣਾ ਪੈਣਾ ਨਿਰਮਲ ਜੱਟ ਆ ਗਿਆ ਉੱਧਰ ਇਹਨੂੰ ਇਹਦੇ ਬਾਰੇ ਸੋਚ ਰਿਹਾ ਤਾ ਜੱਟ ਬਾਰੇ ਹੀ ਅਤੇ ਜੱਟ ਸਾਹਮਣੇ ਆ ਗਿਆ ਆਪ ਹੀ ਕਾਹਦੇ ਪਰ ਰਿਹਾ ਸਾਈਕਲ 'ਤੇ ਅਤੇ ਉਹ ਆ ਰਿਹਾ ਆ ਗਿਆ ਉਹਦੇ ਜੱਟ ਜੈ ਹੋ ਨਿਰਮਲ ਬਾਬੇ ਦੀ ਸਾਰਾ ਮੋਟਰਸਾਈਕਲ ਲਿਬੜ ਜਾਂਦਾ ਜੱਟ ਯਾਰ ਕਰ ਯਾਰ ਕੋਈ ਹੀਲਾ ਯਾਰ ਆ ਗਲੀ 'ਚ ਯਾਰ ਉਹ ਹੁਣ ਪੱਕੀ ਦਾ ਕੰਨ ਨਹੀਂ ਪਰ ਟਾਈਮ ਬਹੁਤ ਜ਼ਿਆਦਾ ਲਾਉਂਦੇ ਯਾਰ ਕਦੇ ਕੁਛ ਕਰ ਲੈਂਦੇ ਕਦੇ ਕੁਛ ਕਰ ਲੈਂਦੇ ਪਹਿਲਾਂ ਬਟਕੀ ਆਪਦੇ ਮੋਟਰਸਾਈਕਲ ਦਾ ਪਤਾ ਨਹੀਂ ਕਿਆ ਹੋ ਗਿਆ ਜੱਟ ਇੱਥੇ ਰਹਾ ਪਤਾ ਨਹੀਂ ਕਿਹੜੀ ਪਤਾ ਨਹੀਂ ਕਿਆ ਮਿੱਟੀ ਜੀ ਨਿਕਲੀ ਇਹਦੇ ਵਿੱਚ ਦੇ ਰਹਾ ਜਾ ਰਹਾ ਹੈ ਹੈਂ ਜਾ ਰਹਾ ਹੁੰਦੀ ਯਾਰ ਖਰਾਬ ਹੋ ਗਿਆ ਉੱਧਰ ਬੰਦਾ ਲਾਇਆ ਤਾਂ ਬੰਦਾ ਭੱਜ ਗਿਆ ਖੇਤ ਚੋਂ ਯਾਰ ਮੈਂ ਗੁੱਜਰ ਲਾਇਆ ਤਾਂ ਫਿਰ ਭੱਜ ਗਿਆ ਹੁਣ ਤਾਂ ਰੋਟੀ ਛੱਡਣੀ ਚੱਲੀ ਚੱਲ ਰੋਟੀ ਖਤਮ ਮੈਂ ਗੇੜਾ ਮਾਰ ਕੇ ਆਉਂਦਾ ਫਿਰ ਤੂੰ ਲੈ ਕੇ ਜਾਂਦਾ ਬਾਅਦ ਵਿੱਚ ਆ ਕੇ ਯਾਰ ਮੈਂ ਰੋਪੜ ਵੀ ਜਾਣਾ ਮਾੜਾ ਜਿਹਾ ਕੰਮ ਹੈ ਮੈਨੂੰ ਚੱਲ ਉਹ ਚੱਲਦੇ ਖੇਤਾਂ 'ਚ ਦੇਖਦੇ ਜਾ ਕੇ ਯਾਰ ਉੱਧਰ ਜਾਂਦਾ ਖੇਤਾਂ 'ਚ ਜਾ ਕੇ ਦੇਖ ਕੇ ਆਉਂਦਾ ਕਿਆ ਬੰਦਾ ਉੱਧਰ ਉੱਧਰੋਂ ਪਾਣੀ ਵਿੱਚੋਂ ਕੱਢਣਾ ਪੈਂਦਾ ਮੋਟਰਸਾਈਕਲ ਉੱਧਰ ਨੂੰ ਗਲੀ 'ਚ ਚੱਕੜ ਹੋਇਆ ਇੱਧਰ ਨੂੰ ਪਾਣੀ ਆ ਜਾਂਦਾ ਦੱਸ ਹੁਣ ਕਿਆ ਕਰੇ ਬਾਕੀ ਆ ਸੱਚੀ ਭੱਜ ਗਿਆ ਬੰਦਾ ਹੁਣ ਮੈਂ ਆਪਣੇ ਖੇਤਾਂ 'ਚ ਆ ਗਿਆ ਅਤੇ ਪਾਣੀ ਨਾਲ ਪੂਰਾ ਖੇਤ ਭਰਿਆ ਪਿਆ ਹਾਂ ਆਹ ਵੱਟ ਪੱਕੀ ਕਰਾਉਣੀ ਸੀ ਮੈਂ ਕੱਲ੍ਹ ਵੈਸੇ ਮੈਂ ਟੱਕ ਟੱਕ ਦਾ ਇਹਦੇ ਪਰ ਲਾ ਤਾ ਸੀ ਇੱਕ ਇੱਕ ਚੱਕ ਕੇ ਜਿੱਥੇ ਜਿੱਥੇ ਨੀਵੀਂ ਸੀ ਉੱਥੇ ਉੱਥੇ ਲਾ ਤਾ ਸੀ ਪਰ ਫਿਰ ਵੀ ਇੱਧਰ ਪਾਣੀ ਇਹ ਖੇਤ ਵਿੱਚ ਲੀਕ ਹੋਈ ਜਾਂਦਾ ਇਹਦੇ ਉੱਪਰਾਲੇ 'ਚੋਂ ਉੱਪਰ ਤੁਰ ਹੀ ਜਾਂਦੇ ਆ ਚੱਲ ਤੁਰਨ ਨਾਲ ਵੱਟ ਪੱਕੀ ਹੁੰਦੀ ਇਹ ਸਵੇਰੇ ਸਾਜਰ ਵੀ ਆਇਆ ਤਾ 6 ਵਜੇ ਜਦੋਂ ਇੱਥੋਂ ਨੂੰ ਪਾਣੀ ਲੀਕ ਹੋ ਰਿਹਾ ਸੀ ਆਹ ਸੁਬਹਾ ਉਹ ਸਾਹਮਣੇ ਇੰਨੀ ਕੁ ਤਾਂ ਕਰ ਗਿਆ ਤਾ ਉਹ ਟੱਕ ਟੱਕ ਲਾ ਗਿਆ ਸੀ ਉੱਪਰ ਅਤੇ ਆਹ ਦੇਖੋ ਉੱਧਰ ਪਾਣੀ ਨਿਕਲ ਰਿਹਾ ਇਹਦੇ ਵਿੱਚ ਨੂੰ ਦੱਬਦਾ ਕਰਦਾ ਠੀਕ ਥੋੜ੍ਹਾ ਲੱਗੂ ਇੱਥੇ ਮਿੱਟੀ ਇੱਕ ਹੋਰ ਡਰ ਲੱਗਿਆ ਰਹਿੰਦਾ ਵੀ ਆਹ ਜਿਹੜੀ ਪਨੀਰੀ ਆ 1509 ਵੀ ਇਹਨੂੰ ਕੋਈ ਆ ਕੇ ਡੰਗਰ ਨਾ ਖਾ ਲਵੇ ਐਂ ਤਾਂ ਮੈਂ ਉਹ ਸਾਹਮਣੇ ਦੁਕਾਨਾਂ ਉਹਨੂੰ ਕਿਹਾ ਹੋਇਆ ਮੈਂ ਕੋਈ ਡੰਗਰ ਡੁੰਗਰ ਹੋਇਆ ਮੈਨੂੰ ਟੈਲੀਫੋਨ ਕਰ ਦਿਓ ਮੈਂ ਆ ਕੇ ਕੱਢ ਦੂੰਗਾ ਵੈਸੇ ਡਰ ਲੱਗ ਰਿਹਾ ਮੈਂ ਕਿਤੇ ਖਾ ਗਈ ਬਸ ਮਿਲਣੀ ਵੀ ਨਹੀਂ ਹੈਗੀ ਫਿਰ ਇਹ ਤੋਂ ਬਾਅਦ ਟੋਟੇ ਲਿਆਂਦੇ ਆ ਇਹ ਉਹ ਵੱਟ ਭਰ ਲਊਂਗਾ ਚੱਲ ਨਿਬੇੜਾ ਕੰਮ ਇਹ ਵੀ ਫਟਾਫਟ ਆਹ ਬਣਾਤਾ ਜਗਾੜ ਇੱਧਰ ਤੇ ਇੱਥੇ ਪਾਣੀ ਹੁਣ ਐਨ ਪੂਰਾ ਲੈਵਲ ਲੈਣ ਖੜਾ ਜਿਹੜਾ ਇਹਦੇ ਉੱਪਰ ਓਵਰ ਪਾਣੀ ਜਾਊਗਾ ਉੱਪਰ ਨੂੰ ਨਿਕਲ ਜੂਗਾ ਇਹਦੇ ਇੱਕ ਇੱਥੇ ਬਣਾਤਾ ਇੱਕ ਉਹ ਸਿਰੇ ਪਰ ਬਣਾਉਂਦਾ ਜਗਾੜ ਇਹ ਇੱਕ ਆਹ ਬਣਾਤਾ ਜਗਾੜ ਇੱਥੇ ਚੱਲ ਚੱਕਾਂ ਗਈ ਅਤੇ ਚੱਲੀ ਹੁਣ ਨਹਾ ਲਿਆ ਧੋ ਲਿਆ ਅਤੇ ਹੁਣ ਤਿਆਰੀ ਹੈ ਜੀ ਰੋਪੜ ਸ਼ਹਿਰ ਜਾਣ ਦੀ ਮੈਡਮ ਜੀ ਨਾਲ ਚੱਲੇ ਨੇ ਇਹਨਾਂ ਦੀ ਡਾਕਟਰ ਕੋਲ ਅਪੋਇੰਟਮੈਂਟ ਹੈ 1 ਵਜੇ ਦੀ ਅਤੇ ਗੱਡੀ ਕੱਢੀਏ ਬਾਹਰ ਮੋਟਰਸਾਈਕਲ ਵੀ ਲਿਬੜ ਗਿਆ ਹੁਣ ਗੱਡੀ ਵੀ ਲਿਬੜ ਜਾਣੀ ਚਲੋ ਧੋ ਲਾਂਗੇ ਕੋਈ ਗੱਲ ਨਹੀਂ ਮੈਡਮ ਜੀ ਦੀ ਵੇਟ ਕਰ ਰਹੇ ਹਾਂ ਜਿਹੜੀ ਸਾਡੀ ਪਿੰਡ ਦੀ ਫਿਰਨੀ ਹੈ ਜਿਹੜੀ ਗਲੀ ਹੈ ਪਿੰਡ ਦੀ ਬਾਹਰੋਂ ਬਾਹਰ ਬਣੀ ਹੋਈ ਹੈ ਉਹ ਜਦੋਂ ਬਰਸਾਤਾਂ ਪੈਂਦੀਆਂ ਸੀ ਉਹਦੇ ਪਾਣੀ ਖੜ ਜਾਂਦਾ ਸੀ ਹੁਣ ਇਹਨਾਂ ਨੇ ਇਹ ਫਿਰਨੀ ਉੱਚੀ ਚੱਕਣ ਲੱਗੇ ਹੋਏ ਆ ਕਹਿੰਦੇ ਆ ਜੀ ਦੁੱਖ ਕੱਟ ਕੇ ਉਹ ਸੁੱਖ ਮਿਲਦਾ ਅਤੇ ਸਾਨੂੰ ਇਹ ਦੁੱਖ ਸੀ ਅਤੇ ਹੁਣ ਸਾਨੂੰ ਆਹ ਸੁੱਖ ਮਿਲ ਜਾਣਾ ਦੇਖੋ ਗੱਡੀ ਬਾਹਰੋਂ ਬਾਹਰ ਟਾਪੋ ਟਾਪ ਆ ਜਾਣੀ ਲਓ ਜੀ ਮੈਡਮ ਜੀ ਵੀ ਆ ਗਏ ਨੇ
ਤੇ ਚੱਲੀਏ ਰੋਪੜ ਸ਼ਹਿਰ। ਦੁੱਖ ਤੋਂ ਜਦੋਂ ਕਹਿੰਦੇ ਦੁੱਖ ਹੁੰਦਾ, ਇਹ ਸਾਨੂੰ ਦੁੱਖ ਸੀ ਇੱਥੇ ਜਦੋਂ ਗੱਡੀ ਜਾਂਦੀ ਸੀ, ਐਨ ਬਰਸਾਤਾਂ ਪੈਂਦੀਆਂ ਸੀ, ਗੱਡੀ ਲਿਬੜ ਜਾਂਦੀ ਸਾਰੀ। ਹੁਣ ਇਹਨਾਂ ਨੂੰ ਉੱਚੀ ਚੱਕ ਕੇ ਉੱਪਰ ਉਹ ਪਾਦਣੀ ਬਜਰੀ ਬੁਜਰੀ ਸੜਕ ਬਣ ਜਾਣੀ ਐਨ ਪੂਰੀ, ਅਤੇ ਗੱਡੀ ਹੁਣ ਸੁੱਕੀ ਸੁੱਕੀ ਸਾਂਦੀ ਘਰ ਆ ਜਾਏਗਾ ਨਹੀਂ ਹੈ। ਇੱਦਾਂ ਹੀ ਆ ਬਈ ਜ਼ਿੰਦਗੀ 'ਚ ਇਹ ਪੜਾਅ ਚੱਲਦੇ ਰਹਿੰਦੇ ਆ। ਕਹਿੰਦੇ ਦੁੱਖ ਕੱਟ ਕੇ ਉਹ ਸੁੱਖ ਮਿਲਦਾ, ਆਹ ਸਾਨੂੰ ਪਹਿਲਾਂ ਦੁੱਖ ਤਾਂ ਹੁਣ ਸੁੱਖ ਕੱਟੇ ਆ ਅਤੇ ਹੁਣ ਸਾਨੂੰ ਸੁੱਖ ਮਿਲ ਜਾਣਾ। ਚੱਲੀਏ ਰੋਪੜ ਸ਼ਹਿਰ, ਬੈਲਟਾਂ ਲਾ ਲਓ ਜੀ ਫਿਰ। ਚਲੋ ਜੀ ਉਤਰੋ ਜੀ, ਰੋਪੜ ਸ਼ਹਿਰ ਪਹੁੰਚ ਗਏ ਹਾਂ ਅਤੇ ਚੱਲੀਏ ਡਾਕਟਰ ਕੋਲ। ਰੋਪੜ ਤੋਂ ਸਿੱਧਾ ਫਿਰ ਅਸੀਂ ਆਪਣੇ ਘਰ ਆ ਗਏ। ਜਦੋਂ ਮੈਂ ਘਰ ਨੂੰ ਆ ਰਿਹਾ ਸੀ, ਮੈਨੂੰ ਨਾ ਇੱਕ ਰਸਤੇ ਵਿੱਚ ਇੱਕ ਛੋਟੀ ਜਿਹੀ ਕੁੜੀ ਮਿਲੀ ਹੈ, ਜਸ਼ਨੀ। ਇਹ ਹੋ ਗਈ ਨਾਰਾਜ਼ ਮੇਰੇ ਨਾਲ। ਇਹ ਨਾ ਦੋ ਕੁੜੀਆਂ ਤੁਰੀਆਂ ਆ ਰਹੀਆਂ ਸੀ, ਮੈਂ ਇਹਨੂੰ ਤਾਂ ਗੱਡੀ 'ਚ ਬਿਠਾ ਲਿਆ। ਕਹਿੰਦੀ ਸਹੇਲੀ ਨੂੰ ਵੀ ਨਾਲ ਬਿਠਾ ਲਾ, ਸਹੇਲੀ ਦਾ ਘਰ ਨੇੜੇ ਹੀ। ਹੁਣ ਹੋਈ ਹੋਈ ਨਾਰਾਜ਼ ਮੇਰੇ ਨਾਲ। ਹੁਣ ਕਿਆ ਖਾਣਾ, ਕਿੱਦਾਂ ਮੰਨੂਗੀ ਤੂੰ? ਸਰਬਜੀਤ ਦੀ ਲੜਕੀ ਹੈ ਜਸ਼ਨੀ, ਮੇਰੇ ਚਾਚੇ ਦਾ ਮੁੰਡਾ, ਉਹਦੀ ਪੋਤੀ ਹੈ ਅਤੇ ਸਰਬਜੀਤ ਦੀ ਲੜਕੀ ਹੈ ਅਤੇ ਬਹੁਤ ਪਿਆਰੀ ਹੈ। ਹੁਣ ਕੱਲ੍ਹ ਨੂੰ ਲਿਆ ਗੱਡੀ 'ਚ ਬਿਠਾ ਲਿਆਂਗਾ ਉਹਨੂੰ, ਕੱਲ੍ਹ ਤੂੰ ਰੋਪੜ 'ਤੇ ਲਿਆਊਂਗਾ ਮੈਂ। ਬਸ ਉੜਾ ਉੜ ਨਹੀਂ ਬੜਿਆ, ਸੱਸਾ ਸਰਬਜੀਤ। ਇੱਕਦਮ ਮਹੀਨਾ ਸੌਣ ਦਾ, ਉੱਪਰ ਤਾਂ ਨੀਂਦ ਬਹੁਤ ਜ਼ਿਆਦਾ ਆਉਂਦੀ। ਇਹ ਮੇਰੇ ਨਾਲ ਹੁੰਦਾ ਕਿ ਤੁਹਾਡੇ ਨਾਲ ਵੀ ਇੱਦਾਂ ਹੀ ਹੋ ਰਿਹਾ? ਜਦੋਂ ਸੌਣ ਦਾ ਮਹੀਨਾ ਸ਼ੁਰੂ ਹੋ ਜਾਂਦਾ, ਸਾਵਣ ਦਾ ਮਹੀਨਾ, ਤਾਂ ਮੈਨੂੰ ਤਾਂ ਨੀਂਦ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਹੈ। ਪਤਾ ਨਹੀਂ ਕਿਆ ਚੱਕਰ, ਦੋ ਦੋ ਤਿੰਨ ਤਿੰਨ ਘੰਟੇ ਵੱਧ ਸੌਣ ਲੱਗਿਆ ਹੋਇਆ ਹੁਣ। ਇੱਦਾਂ ਹੀ ਸਾਡੇ ਇੱਕ ਹੋਰ ਬੰਦੇ ਦਾ ਹਾਲ ਹੈ, ਮਸੀਂ ਠਾਲ ਕੇ ਲੈ ਕੇ ਆਉਂਦਾ ਉਹਨੂੰ ਮੈਂ। ਟਿੰਗ ਟੜਾ ਟਿੰਗ ਟੜਾ। ਚੱਲ ਸਤਿ ਸ਼੍ਰੀ ਅਕਾਲ ਬੁਲਾ ਦੇ ਤੇਰੇ, ਪਹਿਲਾਂ ਇੱਕ ਵਾਰ ਬੁਲਾ ਦੇ। ਚੱਲ ਫਿਰ ਇੱਧਰੋਂ ਆ ਜਾ, ਫਿਰ ਦਿਲ ਮੈਂ ਦੱਸੋ ਗਰਮ ਹੋਣਾ ਹੈ। ਚੱਲ ਉੱਪਰ ਬੈਠ ਕੇ ਬੋਲਟ ਦੇ ਹੁਣ ਮੁੰਡਾ ਤੁਹਾਨੂੰ ਸਤਿ ਸ਼੍ਰੀ ਅਕਾਲ। ਨਹੀਂ ਨਹੀਂ ਸਿੱਧਾ ਬੋਲੋ, ਸਿੱਧਾ ਪਹਿਲਾਂ ਮੈਂ ਖੋਲੂ, ਸਿੱਧਾ ਬੋਲ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੱਲ ਫੜ, ਦੇਖਿਆ ਇੱਦਾਂ ਬੋਲਦਾ ਬੰਦਾ ਇਹ। ਅਤੇ ਹੁਣ ਆਪਾਂ ਕਰਨ ਫਿਰ ਕਿੱਧਰ ਜਾਣਾ ਇਸ ਤੋਂ ਬਾਅਦ? ਆਪਾਂ ਨੇ ਗਰਾਊਂਡ 'ਚ ਕਿਆ ਕਰਨ ਜਾਣਾ? ਇਸ ਤੋਂ ਬਾਅਦ ਅਸੀਂ ਜਾਣਾ ਆਪਣੇ ਗਰਾਊਂਡ ਦੇ ਵਿੱਚ ਖੇਲਣ ਜਾਣਾ। ਇਹਦੀ ਕਿੱਟ ਲੈਂਦੀ ਸੀ ਨਾਲ ਆ ਪਈ ਇੱਧਰ ਕਿੱਟ, ਅਤੇ ਮੈਂ ਹਾਂ ਬੱਟ ਦੇਖਣ ਆਇਆ ਫਿਰ ਦੁਬਾਰਾ, ਮੈਂ ਕਿਤੇ ਪਾਣੀ ਨਾਲ ਲੀਕ ਹੁੰਦਾ ਹੋਵੇ ਅਤੇ ਮੈਂ ਇੱਧਰ ਮਾਰਿਆ ਮੈਂ ਗੇੜਾ, ਦੇਖਾਂ ਕਿਤੇ ਲੀਕ ਨਾ ਹੁੰਦੀ ਹੋਵੇ। ਵੈਸੇ ਠੀਕ ਹੈ, ਜੇ ਲੀਕ ਹੋਈ ਹੁੰਦੀ ਤਾਂ ਪਾਣੀ ਦਾ ਕਾਫੀ ਡਾਊਨ ਆ ਜਾਣਾ ਤਾਂ। ਚੱਲਦੇ ਕਰਨ ਵੀ ਤੂੰ ਥੱਲੇ ਉਤਰ ਜਾ ਪੁੱਤ, ਕਈ ਵਾਰ ਨਾ ਥੱਲੇ ਨਾ ਅੱਜ ਕੱਲ੍ਹ ਜਿਹੜੀ ਬਰਸਾਤਾਂ ਕਰਕੇ ਨਾ ਜਗ੍ਹਾ ਕੱਚੀ ਹੁੰਦੀ ਥੱਲੇ, ਆਹ ਇਹਦੇ ਕਰਕੇ ਮੁੜ ਦਾ ਥੱਲੇ ਬੈਠ ਸਕਦਾ। ਥੱਲੇ ਉਤਰਿਆ ਜਾ, ਆਹ ਥੱਲੇ ਉਤਰਿਆ ਆਹ ਮੁੰਡਿਆ। ਇੱਕ ਤਾਂ ਨਾ ਇਹਦੇ ਟੱਬਰ ਜ਼ਿਆਦਾ ਵੱਡਾ ਸਾਡਾ, ਹਰੇਕ ਇਹਨੂੰ ਕੁਛ ਨਾ ਕੁਛ ਖਾਣ ਵਾਸਤੇ ਲਿਆਉਂਦਾ, ਕੋਈ ਕੁਰਕਰੇ ਦਾ ਪੈਕਟ ਲਿਆਉਂਦਾ, ਕੋਈ ਚਿਪਸ ਦਾ ਪੈਕਟ ਲਿਆਉਂਦਾ, ਕੋਈ ਕੁਛ ਕਦੇ ਕੋਈ ਕੁਛ। ਅਸੀਂ ਨਹੀਂ ਨਾ ਖਿਲਾਉਂਦੇ ਜਿੰਨਾ ਸਾਡੇ ਚਾਚੇ ਤਾਇਆਂ ਦੇ ਆ ਕੇ ਸਾਰੇ ਬੰਦੇ ਖਿਲਾਈ ਜਾਂਦੇ ਇਹਨੂੰ ਲਿਆ ਲਿਆ ਕੇ ਚੀਜ਼ਾਂ। ਚਲੋ ਉਤਰ ਕਰਨ ਫਿਰ ਉਤਰ, ਚਲਾ ਜਾਂਦੀ ਆ ਬੱਟੇ ਬੜ ਚੱਲੇ, ਆ ਜਾ ਉਤਰਿਆ ਜੀ, ਆ ਬੱਟੇ ਬੜ ਚੱਲੇ, ਤਾਂ ਚੱਪਲਾਂ ਖੋਲ ਦੇ, ਚੱਲ ਚੱਪਲਾਂ ਖੋਲ ਦੇ, ਤਾਂ ਆ ਬੱਟੇ ਬੱਟ ਜਾਣਾ ਆਪਾਂ ਨੇ। ਨਹੀਂ ਨਹੀਂ ਉੱਧਰ ਨੂੰ ਜਾਣਾ ਆਪਾਂ ਨੇ ਬੱਟੇ ਬੱਟ, ਚੱਲ ਦੇਖੀ ਜਾ ਕੇ ਪਾਣੀ ਕਿਤੇ ਲੀਕ ਤਾਂ ਨਹੀਂ ਹੁੰਦਾ ਹੈਗਾ। ਕਰਨਵੀਰ ਖੜਾ, ਇਹ ਤੁਹਾਨੂੰ ਹੁਣ ਡੱਡੂ ਵਾਂਗੂ ਛਾਲ ਮਾਰ ਕੇ ਦਿਖਾਊਗਾ। ਚਲ ਵੀ ਆ, ਚਲ ਆ ਜਾ, ਹੁਣ ਕੁਛ ਨਹੀਂ ਹੋਇਆ, ਲਿਬੜ ਗਿਆ ਵਿਚਾਰਾ, ਫੇਰ ਲਿਬੜ ਗਿਆ ਵਿਚਾਰਾ, ਧੋ ਲੈਣਾ, ਚੱਲ ਆ ਜਾ, ਤੁਰੇ ਨਹੀਂ ਹੁੰਦਾ ਹੈਗਾ, ਆ ਜਾ, ਕਿਆ ਹੋ ਗਿਆ, ਆ ਜਾ ਆ ਜਾ। ਆ ਜਾ ਹੁਣ ਮੋਟਰ ਪਰ ਪਹੁੰਚ ਗਿਆ, ਆਉਂਦੀ ਸਰ ਕਹਿੰਦਾ ਚਲੋ ਆ ਜਾ ਪਿੰਡੀਆਂ ਲੱਭੀ ਹੈ। ਮੈਂ ਕਿਹਾ ਮੈਂ ਸਵੇਰੋਂ ਤੋੜ ਲੈ ਗਿਆ, ਹੁਣ ਪਤਾ ਨਹੀਂ ਵਿੱਚ ਤਾਂ ਕਿਹੜੀ ਪਿੰਡੀ ਲੱਭ ਕੇ ਲੈ ਕੇ ਆਊਗਾ। ਚੱਲ ਵੜ ਵਿੱਚ ਫਿਰ, ਉਹ ਲੱਗੀ ਹੋਈ ਇੱਕ, ਆ ਦੇ ਲੱਗੀ ਹੋਈ ਆ, ਤੈਨੂੰ ਵੀ ਪਤਾ ਲੱਗੇ ਕਿੱਦਾਂ ਕੰਡਿਆਂ 'ਚ ਪਿੰਡੀਆਂ ਤੋੜੀਆਂ ਦੀਆਂ। ਉਹ ਤੂੰ ਸਾਲਾ ਤਰਖਤ ਦੇ ਸਾਲੇ ਦਾ ਤੋੜਦਾ, ਤਾਂ ਕਰਨੇ ਸਾਰੇ ਕੰਮ ਖਰਾਬ ਕਰਤਾ, ਇੱਦਾਂ ਥੋੜ੍ਹੀ ਤੋੜੀ ਦੀ ਹੁੰਦੀ ਇਹ ਡੰਗਰ। ਚਲਾ ਚੱਲੀਏ ਹੁਣ, ਬਸ ਇੱਕੋ ਦੀ ਬਸ, ਆ ਜਾ, ਹੋਰ ਨਹੀਂ ਹੈਗੀ ਯਾਰ, ਆ ਜਾ ਨਿਕਲਿਆ ਬਾਹਰ, ਇਹ ਸਾਈਡ ਨੂੰ ਬੱਦਲ ਬਹੁਤ ਹੋ ਗਿਆ, ਰੱਬ ਹੁਣ ਸੁੱਖ ਰੱਖੇ, ਮੀਂਹ ਦੀ ਤਾਂ ਵੈਸੇ ਹੁਣ ਲੋੜ ਹੀ ਨਹੀਂ ਹੈ। ਇਹ ਸਾਈਡ ਅਸੀਂ ਦੂਜਾ ਘਾਹ ਲਾਇਆ ਹੋਇਆ, ਇਹ ਵੀ ਬਸ ਵੱਧ ਰਿਹਾ ਹੁਣ ਹੌਲੀ ਹੌਲੀ,
ਨਹੀਂ ਇੱਥੇ ਆ ਜੇ ਸਿਰੇ ਲਾ ਦੇ ਨਾ ਸਾਡੀ ਮਿੱਟੀ ਖੁਰੀ ਜਾਂਦੀ ਹਲੇ ਅਤੇ ਸਾਰਾ ਇੰਨੀ ਏਰੀਆ ਆਪਾਂ ਵਧਾ ਲੈਣਾ ਇੰਨਾ ਕੁ ਇਹ ਚੱਲੀਏ ਕਰਨ ਵੀਰ ਫਿਰ ਆਪਾਂ ਹੁਣ ਅਸੀਂ ਗਰਾਊਂਡ ਦੇ ਵਿੱਚ ਪਹੁੰਚ ਗਏ ਹਾਂ ਉਹ ਇਹ ਵੀ ਆ ਗਿਆ ਪੁੱਤ ਇੱਧਰ ਇਹ ਵੀ ਆ ਗਿਆ ਇਹ ਛਾਲਾ ਚੱਲ ਸਤਿ ਸ਼੍ਰੀ ਅਕਾਲ ਬੁਲਾ ਦੇ ਪਹਿਲਾਂ ਸਾਰੇ ਕੋਲ ਸਤਿ ਸ਼੍ਰੀ ਅਕਾਲ ਉੱਧਰ ਉੱਧਰ ਮੂੰਹ ਕਰਕੇ ਕਹਿ ਸਤਿ ਸ਼੍ਰੀ ਅਕਾਲ ਇੱਧਰ ਕਹਿ ਮੂੰਹ ਕਹਿ ਚੱਲ ਕਹਿ ਸਤਿ ਸ਼੍ਰੀ ਅਕਾਲ ਅਤੇ ਹੁਣ ਤੁਹਾਨੂੰ ਅੱਜ ਅਸੀਂ ਦਿਖਾਉਂਦੇ ਹਾਂ ਨਦੀ ਨਦੀ ਦਿਖਾਈਏ ਅੱਜ ਹੈਂ ਚਲੋ ਫਿਰ ਨਦੀ ਦਿਖਾਈਏ ਅੱਜ ਇੱਧਰ ਨਾ ਸਾਡੇ ਇਹ ਸਾਈਡ ਨਦੀ ਚੱਲਦੀ ਜਿਹੜਾ ਉੱਪਰਲੀ ਸਾਈਡ ਮੀਂਹ ਪੈਂਦਾ ਜਿੰਨਾ ਵੀ ਫਿਰ ਇਹ ਨਦੀ 'ਚ ਨੂੰ ਉਧਰੋਂ ਦਰਿਆ 'ਚ ਜਾਂਦਾ ਪਾਣੀ ਹੈ ਅਤੇ ਹੁਣ ਦਿਖਾਉਂਦੇ ਹਾਂ ਨਦੀ ਤੁਹਾਨੂੰ ਹਾਂ ਕਰਨ ਪਾਣੀ ਬਹੁਤ ਦੂਰ ਜਾਂਦਾ ਹੈ ਕਿੱਥੇ ਜਾਂਦਾ ਪਾਣੀ ਇਹ ਪਾਣੀ ਬੜਿਆ ਹੋਇਆ ਸੀ ਇੱਧਰ ਅਸੀਂ ਬੈਠੇ ਨਾ ਬਾਈ ਆਹ ਦੋਨੇ ਬੰਦੇ ਬੈਠੇ ਇੱਧਰ ਅਤੇ ਆਹ ਨਦੀ ਦਾ ਪਾਣੀ ਚੱਲਦਾ ਦੇਖ ਰਹੇ ਇੱਧਰ ਅਤੇ ਚਲੋ ਪੁੱਤ ਚੱਲੀ ਹੁਣ ਕਰਨ ਚਲੋ ਉੱਠੋ ਚਲੋ ਚਲੋ ਹੁਣ ਕਿੱਟ ਖੋਲੀਏ ਚੱਲ ਚਲੋ ਹੋਈਏ ਤਿਆਰ ਚਲੋ ਵੀ ਚਲੋ ਹੌਲੀ ਹੌਲੀ ਚਲੋ 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 ਤੂੰ ਹੌਲੀ ਹੌਲੀ ਜਾਂਦਾ ਤੂੰ ਛੋਟਾ ਅੱਛਾ ਤੂੰ ਛੋਟਾ ਹਾਲੇ ਚੱਲ ਇਹ ਵੀ ਆ ਗਈ ਤੂੰ ਮੱਝ ਆ ਗਈ ਉੱਧਰ ਚੁੱਪ ਉੱਥੋਂ ਕੱਢ ਚੱਲ ਚੱਲ ਲਓ ਜੀ ਸਾਡਾ ਪਲੇਅਰ ਆ ਚੁੱਕਿਆ ਖੇਲ ਲਿਆ ਪੁੱਤ ਸਾਰੇ ਪਲੇਅਰ ਚਲੀ ਗਏ ਅਤੇ ਸਾਡਾ ਪਲੇਅਰ ਸਭ ਤੋਂ ਬਾਅਦ ਚੱਲਿਆ ਘਰ ਨੂੰ ਹੁਣ ਚੱਲੀਏ ਪੁੱਤ ਘਰ ਨੂੰ ਫਿਰ ਹੁਣ ਹਾਂਜੀ ਇਹ ਕਿੱਟ ਖੇਲ ਲਈ ਥੱਲੇ ਚੱਲ ਬੈਠ ਫਿਰ ਚੱਲੀਏ ਫਿਰ ਘਰ ਨੂੰ ਇੱਕ ਵਾਰ ਹੁਣ ਲਾਸਟ ਵਾਰੀ ਖੇਤਾਂ 'ਚ ਗੇੜਾ ਮਾਰ ਕੇ ਫਿਰ ਘਰ ਨੂੰ ਨਿਕਲ ਜਾਣਾ ਚੱਲ ਪੁੱਤਰਾ ਫਿਰ ਚੱਲੀਏ ਘਰ ਨੂੰ ਜਦੋਂ ਮੈਂ ਕੱਲ੍ਹ ਆਇਆ ਤਾ ਨਾ ਇੱਥੇ ਗਰਾਊਂਡ ਦੇ ਵਿੱਚ ਇਹ ਮੇਰੇ ਨਾਲ ਆਇਆ ਸੀ ਅਤੇ ਇਹਦੇ ਅੱਖਾਂ 'ਚ ਪੈ ਗਿਆ ਸੀ ਮੱਛਰ ਅੱਜ ਇਹ ਐਨਕਾਂ ਲੈ ਕੇ ਆਇਆ ਅੱਜ ਤਾਂ ਨਹੀਂ ਮੱਛਰ ਪਊਗਾ ਹੈਂ ਬਸ ਹੁਣ ਫਿਰ ਸੇਵਾ ਹੋ ਸਕਦੀ ਹੈ ਜ਼ਿਆਦਾ ਮੱਝੀਆਂ ਫਿਰ ਕਿਆ ਹੋ ਗਿਆ ਮੱਛਰ ਹੈ ਐਨਕਾਂ ਲਾ ਲਾ ਪੁੱਤ ਕਿੱਥੇ ਕਿੱਥੇ ਆਹ ਆਹ ਇੱਧਰ ਆ ਗਿਆ ਕੈਮਰੇ 'ਚ ਨਹੀਂ ਦੇਖਣਾ ਗਿਆ ਮੱਛਰ ਤੇਰੇ ਨਾਲ ਮੱਛਰ ਲੜਾ ਚੱਲੀਏ ਹੁਣ ਕਾਨੂੰ ਚੱਲ ਚੱਲੀ ਲਾ ਲਾ ਫਿਰ ਐਨਕਾਂ ਲਾ ਲਾ ਪੁੱਤ ਚੱਲ ਚੱਲੀਏ ਮੋਟਰਸਾਈਕਲ ਨਹੀਂ ਮੋਟਰਸਾਈਕਲ ਨਹੀਂ ਚਲਾਉਣਾ ਆਇਆ ਤਾਂ ਬੜਾ ਤਾਂ ਹੋ ਜਾ ਪਹਿਲਾਂ ਨਹੀਂ ਜੀ ਨਹੀਂ ਬੁੱਧੇ ਨਹੀਂ ਚਲਾਉਣਾ ਹੈਗਾ ਹੁਣ ਅਸੀਂ ਆਪਣੇ ਖੇਤਾਂ 'ਚ ਆ ਗਏ ਹਾਂ ਅਤੇ ਇੱਧਰ ਆਹ ਬੱਟ ਦੇਖਾਂਗੇ ਤਾਂ ਫਿਰ ਤਾਂ ਨਹੀਂ ਪਾਣੀ ਲੀਕ ਹੁੰਦਾ ਹੈਗਾ ਫਿਰ ਬਾਕੀ ਸਵੇਰੇ ਸਾਜਰ 6 ਵਜੇ ਗੇੜਾ ਮਾਰੂੰਗਾ ਕਿ ਹੁਣ ਪਾਣੀ ਸਾਂਭਣਦਾ ਹੀ ਹੁੰਦਾ ਕਿਤੇ ਪਾਣੀ ਦੂਜੇ ਦੇ ਖੇਤਾਂ ਫਿਰ ਕੱਲ੍ਹ ਨੂੰ ਦੁਬਾਰਾ ਮੋਟਰ ਚਲਾ ਕੇ ਭਰਨੀ ਪਵੇ ਕੋਈ ਫਾਇਦਾ ਨਹੀਂ ਹੈਗਾ ਅਤੇ ਮੈਂ ਤੁਹਾਨੂੰ ਇੱਕ ਹੋਰ ਕੰਮ ਗੱਲ ਕਹੂੰਗਾ ਵੀ ਦੇਖੋ ਸਾਡਾ ਕਰਨ ਵੀਰ ਆ ਅਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਖਿਲਾਉਂਦੇ ਵੀ ਤਾਂ ਪੂਰੇ ਜਿੱਦਾਂ ਚਾਹੁੰਦਾ ਉੱਦਾਂ ਕਰਾਉਂਦੇ ਇਹਨੂੰ ਠੀਕ ਹੈ ਇਹ ਨਾ ਵੀ ਹੁਣ ਜਿੱਦਾਂ ਤੁਸੀਂ ਮੈਂ ਦੇਖੇ ਅੱਜ ਕੱਲ੍ਹ ਮਾਂ ਬਾਪ ਨੇ ਬੱਚਿਆਂ ਨੂੰ ਪੜ੍ਹਾਈ ਪਰੇ ਬਹੁਤ ਜ਼ੋਰ ਲਾਇਆ ਪੜ੍ਹਾਈ ਪਰੇ ਬਹੁਤ ਜ਼ੋਰ ਲਾਇਆ ਹੋਇਆ ਵੀ ਪੜ੍ਹ ਪੁੱਤ 6 ਬੈਂਡ ਲਏ 7 ਬੈਂਡ ਲੈਣੇ ਆ ਤਾਂ ਪੜ੍ਹ ਕੇ ਕੈਨੇਡਾ ਜਾ ਤੁਸੀਂ ਯਾਰ ਇਹ ਵੀ ਸੋਚੋ ਭਲੇ ਹੋ ਲੋਕ ਯਾਰ ਉਹ ਬਾਹਰਲੀਆਂ ਕੰਟਰੀਆਂ ਪੜ੍ਹੇ ਲਿਖੇ ਲੇਬਰ ਖਰੀਦ ਰਹੀਆਂ ਬਾਹਰਲੀਆਂ ਕੰਟਰੀਆਂ ਦਾ ਇੱਥੇ ਵੀ ਬਹੁਤ ਸੋਰਸਸ ਹੈਗੇ ਜੇ ਤੁਸੀਂ ਆਪਣੇ ਬੱਚੇ ਨੂੰ ਜਿੱਦਾਂ ਉਹ ਚਾਹੁੰਦਾ ਉਹਨੂੰ ਥੋੜ੍ਹਾ ਉੱਦਾਂ ਕਿਆ ਪੁੱਤ ਕਿਆ ਬੋਲਦਾ ਪੀਕੌਕ ਬੋਲਦਾ ਅਤੇ ਥੋੜ੍ਹਾ ਖੁੱਲ੍ਹੇ ਛੱਡੇ ਖੁੱਲ੍ਹਾ ਥੋੜ੍ਹਾ ਜਿਹਾ ਨਾ ਖੁੱਲ੍ਹੇ ਛੱਡੇ ਕਰੋ ਆਪਣੇ ਬੱਚਿਆਂ ਨੂੰ ਵੀ ਜੋ ਉਹਨਾਂ ਦਾ ਤੁਸੀਂ ਸ਼ੌਂਕ ਦੇਖੋ ਉਹਨਾਂ ਦਾ ਕਿਆ ਸ਼ੌਂਕ ਹੈ ਕਿਹੜੇ ਪਾਸੇ ਨੂੰ ਜਿੱਦਾਂ ਹੁਣ ਕਰਨ ਵੀਰ ਮੈਂ ਦੇਖਦਾ ਇਹ ਗਾ ਵੀ ਲੈਂਦਾ ਐਕਟਿੰਗ ਵੀ ਕਰ ਲੈਂਦਾ ਖੇਡਦਾ ਵੀ ਆ ਇਹ ਆਲਰਾਊਂਡਰ ਹੈ ਠੀਕ ਹੈ ਇੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੀ ਉਹ ਆਲਰਾਊਂਡਰ ਬਣਨ ਕੱਲ੍ਹ ਇਹ ਨਾ ਵੀ ਪੜ੍ਹੇ ਲਿਖੇ ਕਿਤੇ ਬੇਰੁਜ਼ਗਾਰ ਹੋਵੇ ਘੁੰਮਣ ਲੱਗ ਜਾਣ ਉਹਨੂੰ ਆਲਰਾਊਂਡਰ ਹਰੇਕ ਕੰਮ ਸਿਖਾਓ ਜਿੱਦਾਂ ਖਾਣਾ ਪਾਣਾ ਵੀ ਬਣਾਉਣਾ ਸਿਖਾਓ ਖੇਡਣਾ ਵੀ ਸਿਖਾਓ ਆਪਣਾ ਘਰ ਦੇ ਹੋਰ ਮਾੜੇ ਮੋਟੇ ਕੰਮ ਵੀ ਸਿਖਾਓ ਖੇਤਾਂ ਦੇ ਕੰਮ ਵੀ ਸਿਖਾਉਣ ਮੈਂ ਖੇਤਾਂ 'ਚ ਮਾੜਾ ਮੋਟਾ ਇਹਨੂੰ ਲਾ ਕੇ ਰੱਖਦਾ ਕਿਤੇ ਨਾ ਕਿਤੇ ਕਹੀ ਕੋਈ ਚਲਾਉਂਦਾ ਵੀ ਕਿਆ ਪਤਾ ਕੱਲ੍ਹ ਖੇਤੀ ਕਰਨੀ ਪੈ ਜਾਵੇ ਠੀਕ ਹੈ ਇਹ ਨਾ ਵੀ ਅਸੀਂ ਖੇਤੀ ਨਹੀਂ ਕਰਾਉਣੀ ਹੈਗੀ ਆਪਣੇ ਇੱਥੇ ਬੜੇ ਸੋਰਸਸ ਹੈਗੇ ਜੇ ਤੁਸੀਂ ਇੱਥੇ ਚੱਲੋਗੇ ਬੜੇ ਧਿਆਨ ਦੇਣਾ ਬੜਾ ਕੁਛ ਹੈਗਾ ਇੱਥੇ ਚਲੋ ਅਸੀਂ ਅੱਜ ਦੀ ਵੀਡੀਓ ਇੱਥੇ ਬੰਦ ਕਰਦੇ ਹਾਂ ਅਤੇ ਅਸੀਂ ਮੈਂ ਉਹਨੂੰ ਕਰਕੇ ਪੀਕੌਕ ਬੋਲਦਾ ਬੋਲੀ ਨਾ ਪੀਕੌਕ ਬੋਲੀ ਉੱਧਰ ਬੋਲਦਾ ਫਿਰ ਤੂੰ ਬੋਲਦਾ ਪੀਕੌਕ ਕਿੱਦਾਂ ਬੋਲਦਾ ਮੂੰਹ ਹੱਥ ਪਿੱਛੇ ਕਰਕੇ ਬੋਲ ਅੱਛਾ ਚਲੋ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿ ਸੀ